सत श्री अकाल जी सारे भरावां नूं, मैं तुहाडा अपना अरमान डफर, तुसीं जुड़ चुके अपने ब्लॉग दे जरिए। अज पुजे होए जी हिमाचल की धरती दे उपर संतोखगढ़ स्टेडियम धर्मपुर वाले भरा बहुत वड्डा मेला जिहड़ा एक दिन का आल ओपन का मेला करवा रहे हैं। अठ क्लब एंटर ने पहला मैच पहला क्वार्टर जिहड़ा खेडा जा रहा। सो एक पासे मुंडे बापू गंगादास जी स्पोर्ट्स क्लब वाले खेडते नजर आ रहे हैं। सो अज क्लबां दे नाम थोड़े जिहे चेंज किए गए पर खिडारी उही आ। इधरले पासे दुनिया का महान खिडारी प्रवीण रैथल, भाजी की हाल चाल होर कैम हो, कहो जिहा मैच पहला लग रहा? तेज ग्राउंड की गल की जाए, ग्राउंड कहो जिहा? कच्ची विकेट आज बॉलरां नूं फायदा होगा? हाँ ये तो है, वेरिएशन करने पैने अज। हाँ विकेट भी बहुत ज्यादा वधिया क्योंकि स्टेडियम आ कह रही भी पीसीए के मैच भी खेडे जा रहे ना। हाँ तो अज बापू गंगादास जी स्पोर्ट्स क्लब के नाँ के उपर खेड रहे सधारनपुर क्लब। सो अज कि सपोर्ट आ हिमाचल वाले भरावां दी, तो प्लेयर केड़े केड़े खेड रहे आ? ਆਪਣੇ ਸਾਰੇ ਨੇ ਵਾਰਨਰ, ਰੋਹੀ ਚੰਡੀਗੜ੍ਹ ਪ੍ਰਭਾਓ, ਸੌਰਵ ਗਿਆਲ, ਸਾਹੀ ਲਾਲੜੂ, ਸੁਨੀਲ, ਮਨਦੀਪ ਜਾਂਝ। ਹਾਂ ਜੇ ਗੱਲ ਕਰੀਏ ਸਧਾਰਨਪੁਰ ਦਾ ਪੂਰਾ ਕਲੱਬ ਅੱਜ ਬਾਪੂ ਗੰਗਾਦਾਸ ਸਪੋਰਟਸ ਕਲੱਬ ਦੇ ਲਈ ਖੇਡ ਰਿਹਾ ਨਾ, ਭਰਾ ਲਈ ਆਏ ਆ ਇੱਥੇ। ਹਾਂ ਅੱਜ ਅੱਖ ਰੱਖੀ ਹੋਈ ਆ 55,000 ਤੇ, ਪੂਰੀ ਪੂਰੀ ਜਿੱਤ ਕੇ ਜਾਵਾਂਗੇ। ਹਾਂ ਗੱਲਾਂ ਹੋਣਗੀਆਂ ਸ਼ਾਮ ਨੂੰ। ਸੋ ਇਧਰਲੇ ਪਾਸੇ ਪ੍ਰਵੀਨ ਰੈਥਲ ਜੀ ਸਾਡੇ ਦਰਮਿਆਨ ਪੁੱਜੇ ਹੋਏ ਆ ਸੰਦੋਖਗੜ੍ਹ ਦੇ ਮੇਲੇ ਦੇ ਉੱਪਰ। विशाल थलू भरा साडा अज साडे दरमियान बजा, होर विशाल किवें आ, मेला किवें दा चल रहा? ਓਨਰ ਹੋਰ ਭਾਜੀ ਕਿਵੇਂ ਆ, ਦਰਸ਼ਕਾਂ ਦਾ ਕਿੰਨਾ ਕੁ ਪਿਆਰ ਮਿਲ ਰਿਹਾ ਅੱਜ? ਤੇ ਹਾਂ ਤੇ ਸ਼ਾਮਾਂ ਤੱਕ 3-4 ਹਜ਼ਾਰ 5,000 ਤੱਕ ਗੱਲਾਂ ਹੋਣਗੀਆਂ। ਲੋਕੇਸ਼ਨ ਬਹੁਤ, ਹਾਂ ਜੇ ਗੱਲ ਕੀਤੀ ਜਾਵੇ ਸੰਧੂ ਬਹੁਤ ਚਿਰ ਦਾ ਟੋਲ ਰਿਹਾ ਸੀ ਵੀ ਏਦਾਂ ਦਾ ਗਰਾਊਂਡ ਮਿਲੇ। ਹਾਂ ਸੋ ਅੱਜ ਸੰਦੋਗੜ੍ਹ ਦੀ ਧਰਤੀ ਦੇ ਉੱਪਰ ਪੁੱਜੇ ਹੋਏ ਆ, ਕਿੱਦਾਂ ਦਾ ਲੱਗ ਰਿਹਾ, ਪ੍ਰਬੰਧ ਕਿਹੋ ਜਿਹੇ ਆ? ਸੋ ਸੁਰਜੀਤ ਸੰਧੂ ਜੀ ਇੱਧਰ ਤੁਸੀਂ ਦੇਖ ਸਕਦੇ ਹੋ ਸੈਟਅਪ ਲੱਗਿਆ ਹੋਇਆ। ਅੱਜ ਕਿੰਨੇ ਕੈਮਰੇ ਲਾਏ ਹੋਏ ਆ ਸੰਦੋਗੜ੍ਹ ਦੇ ਸਟੇਡੀਅਮ ਤੇ? ਇੱਕ ਨੋ ਬਾਲ ਤੇ, ਇੱਕ ਹਾਈਟ ਤੇ ਨੋ ਬਾਲ ਤੇ, ਇੱਕ ਸਾਹਮਣੇ ਮੇਨ ਕੈਮਰਾ, ਚੌਥਾ ਡਰੋਨ ਆ। ਠੀਕ ਆ, ਮੰਦਰ ਤੁਹਾਨੂੰ ਪਤਾ ਕਲਿੱਕ। ਸੋ ਅੱਜ ਸਿਰਾ ਕਰਾਇਆ ਪਿਆ ਨਾ ਸੁਰਜੀਤ ਸੰਧੂ ਜੀ ਸਾਡੇ ਦਰਮਿਆਨ। ਸੋ ਇੱਧਰਲੇ ਪਾਸੇ ਡਰੋਨ ਚੱਲ ਰਿਹਾ ਜੀ, ਇੱਧਰ ਤੁਸੀਂ ਦੇਖ ਸਕਦੇ ਹੋ ਭਾਜੀ ਹੁਣੀ ਡਰੋਨ ਵਾਲੇ ਨਾਲ ਥਲੂ ਵਾਲਾ ਵਿਸ਼ਾਲ। ਲੈ ਵੀ ਵਿਸ਼ਾਲ ਪਾਊਂਗਾ ਡਰੋਨ ਹੁਣ, ਕਰੂੰਗਾ ਡਰੋਨ ਦਾ ਕੰਮ ਸ਼ੁਰੂ। ਸੋ ਭਰਾ ਸਾਡੇ ਦਰਮਿਆਨ ਅੱਜ ਪੁੱਜੇ ਹੋਏ ਆ। ਟੂਰਨਾਮੈਂਟ ਸੰਦੋਖਗੜ੍ਹ ਸਾਰੇ ਸਿਰੇ ਹੁੰਦੇ ਆ, ਗਰਾਊਂਡ ਬਹੁਤ ਚੰਗਾ, ਗਰਾਊਂਡ ਬਹੁਤ ਚੰਗਾ, ਤੁਸੀਂ 2100 ਨਾਮ ਰੱਖ ਕੇ ਕਰਾ ਦੋ ਤਾਂ ਵੀ। ਹਾਂ ਸੋ ਇੱਧਰ ਭਰਾ ਸਾਡੇ ਨੇ, ਉਧਰਲੇ ਪਾਸੇ ਕੰਗਾ ਨਾਲ ਦਾ ਸਲੀਮ ਵੀ ਅੱਜ ਪੁੱਜਿਆ ਹੋਇਆ ਜੀ ਅਜੇ ਮੇਲੇ ਦੇ ਉੱਪਰ। ਹਾਂ ਵੱਡਾ ਮੇਲਾ ਚੱਲਦਾ, ਅਰਮਾਨ ਵੀ ਹੋਇਆ ਭਰਾ ਸਾਡਾ, ਕਹਿੰਦੇ ਇੱਕ ਇੱਕ ਨਾ ਅੱਜ ਕਹਿੰਦੇ ਕਲਿੱਪ ਬਣਾ ਬਣਾ ਕੇ ਕਹਿੰਦਾ ਚੜ ਰਹੀਆਂ ਇੰਸਟਾਗ੍ਰਾਮ ਦੇ ਉੱਪਰ ਆਇਆ ਸਾਡਾ ਸਲੀਮ ਕੰਗਾ ਨਾਲ। ਲਓ ਜੀ ਇੱਧਰਲੇ ਪਾਸੇ ਦੁਨੀਆ ਦਾ ਮਹਾਨ ਖਿਡਾਰੀ ਹੈਪੀ ਸਾਨੇਵਾਲ, ਭਾਜੀ ਕੀ ਹਾਲ ਚਾਲ ਆ, ਕੈਮ ਹੋ, ਤੇ ਅੱਜ ਕਿਹੜੇ ਕਲੱਬ ਦੇ ਵੱਲੋਂ ਖੇਡ ਰਹੇ ਹੋ? ਟੱਪਰੀਆਂ। ਜੇ ਗੱਲ ਕਰੀਏ ਈਸ਼ਾਨ ਭਾਰਦਵਾਜ ਕਲੱਬ ਅੱਜ ਬਣਿਆ ਹੋਇਆ ਨਾ। ਹਾਂ ਸੋ ਕੀ ਰਣਨੀਤੀ ਬਣਾਓਗੇ ਕਿਉਂਕਿ ਗਰਾਊਂਡ ਬਹੁਤ ਜ਼ਿਆਦਾ ਵਧੀਆ, ਵਿਕਟ ਬਹੁਤ ਚੰਗਾ? ਹਾਂ ਜਿੰਨਾ ਬੈਸਟ ਹੋ ਸਕਦਾ, ਤੇ ਕਹਿ ਰਹੀ ਵੀ ਪਿਛਲੇ ਦਿਨੀ ਤਲਵੰਡੀ ਮਲਿਕ ਦੇ ਵਿੱਚ ਵੀ ਬਹੁਤ ਚੰਗਾ ਖੇਡਿਆ ਹੈਪੀ ਸਾਨੇਵਾਲ। ਸਾਨੇਵਾਲ ਦੀ ਟੀਮ ਵੀ ਬਹੁਤ ਚੰਗਾ ਖੇਡ ਰਹੀ ਆ, ਹੁਣ ਪ੍ਰੋਪਰ ਟੀਮ ਲੈ ਕੇ ਪਹੁੰਚਦੇ ਆ ਨਾ ਮੁੰਡੇ। ਹਾਂ ਤੇ ਜੇ ਅੱਜ ਗੱਲ ਕੀਤੀ ਜਾਵੇ ਕਿਹੜੇ ਕਿਹੜੇ ਪਲੇਅਰ ਖੇਡ ਰਹੇ ਨੇ? ਠੀਕ ਆ। ਹਾਂ ਜੇ ਗੱਲ ਕਰੀਏ ਵੀ ਪ੍ਰੋਪਰ ਪਲੇਅਰ ਪ੍ਰੋਪਰ ਸੈੱਟ ਵੱਜਿਆ ਹੋਇਆ ਅੱਜ ਹਿਮਾਚਲ ਦੇ ਵਿੱਚ ਖੇਡ ਕੇ ਕਿਹੋ ਜਿਹਾ ਲੱਗਦਾ? ਮਾਹੌਲ ਬਹੁਤ ਵਧੀਆ ਨਾ, ਗਰਾਊਂਡ ਬਹੁਤ ਸੋਹਣਾ।
ਮੇਨ ਗੱਲ ਪਲੇਅਰਾਂ ਦੀ ਇਹੀ ਹੁੰਦੀ ਹੈ ਵੀ ਗਰਾਊਂਡ ਜ਼ਿਆਦਾ ਵਧੀਆ ਹੋਵੇ। ਸੋ ਤਿਆਰੀ ਕਰ ਰਹੇ ਹੋ ਮੈਚ ਦੀ ਅਗਲੇ ਦੀ? 7-7 ਓਵਰ ਦਾ ਮੈਚ ਆ, ਵਧੀਆ ਮੈਚ ਹੋਣਗੇ। ਸੋ ਬਾਉਂਡਰੀਆਂ ਵੀ ਥੋੜੀਆਂ ਵੱਡੀਆਂ ਅੱਜ ਜਿੱਦਾਂ ਦੇ ਹਾਲਾਤ ਆ, ਮੈਨੂੰ ਲੱਗਦਾ ਜੇ ਬੋਲਰ ਚੰਗਾ ਹੋਊਗਾ ਛੱਕੇ ਬਹੁਤ ਘੱਟ ਵੱਜਣਗੇ ਅੱਜ। ਹਾਂ ਹਾਂ, ਖਾਸ ਕਰਕੇ। ਸੋ ਹੈਪੀ ਸਾਨੀਆਲ ਜੀ ਸਾਡੇ ਦਰਮਿਆਨ ਪੁੱਜੇ ਹੋਏ ਆ। ਲਓ ਜੀ ਇਧਰਲੇ ਪਾਸੇ ਦੁਨੀਆ ਦੇ ਮਹਾਨ ਬੁਲਾਰੇ ਸੋਨੀ ਬਵਾਨੀ ਜੀ ਤੇ ਨਾਲ ਵੀਰ ਗੁੜੇ। ਹੋਰ ਭਾਜੀ ਕਿਵੇਂ ਆ? ਵਧੀਆ ਵਧੀਆ ਭਾਜੀ। ਕਿਹੋ ਹੋਰ ਰਮਾਨ ਠੀਕ ਆ? ਲੱਗ ਰਿਹਾ ਹਿਮਾਚਲ ਜਾ ਕੇ ਅੱਜ। ਬਹੁਤ ਵਧੀਆ ਟਾਈਮ। ਗਰਾਊਂਡ ਦੀ ਗੱਲ ਕੀਤੀ ਜਾਵੇ, ਗਰਾਊਂਡ ਕਿਹੋ ਜਿਹਾ? ਇੱਕ ਨੰਬਰ ਗਰਾਊਂਡ ਆ ਜੀ। ਤੇ ਪ੍ਰੈਕਟਿਸ ਹੋ ਗਈ? ਪ੍ਰੈਕਟਿਸ ਨੂੰ ਵੀਰੋ ਗੁੜੇ ਥੋੜਾ ਤੈਨੂੰ ਪਤਾ ਉਮਰ ਦੀ ਹੋਣ ਲਿਆ। ਬਾਉਂਸਰ ਬੈਂ ਤੇ ਕਈ ਵਾਰ ਮੇਰੇ ਲੱਗ ਤੋਂ ਮਰਨ ਲੱਗਾ। ਮੈਂ ਲੱਗਾ ਬਾਉਂਸਰ ਮੂਸਰ ਮਾਰ ਕੇ ਕੋਈ ਲੱਕ ਦੇ ਰੀੜ ਦੇ ਨੱਕ ਦੇ ਅੱਧੀ ਨਾ ਭਰ ਪੁੰਦਾ ਵਾ, ਤਾਂ ਕਰਕੇ ਮੈਂ ਬਾਲਾ ਘੱਟ ਪਾਈਆ ਇਹਨੂੰ ਯਾਰ। ਹਾਂ, ਗਰਾਊਂਡ ਬਹੁਤ ਜ਼ਿਆਦਾ ਵਧੀਆ ਯਾਰ। ਗਰਾਊਂਡ ਯਾਰ ਨਾ ਇਹ ਚੀਜ਼ਾਂ ਨਵੇਂ ਪਲੇਅਰ ਪੈਦਾ ਕਰਦੀਆਂ, ਗਰਾਊਂਡ ਹੋ ਗਈ ਹੈ ਨਾ, ਸਪੋਰਟ ਹੋ ਗਈ ਤੇ ਗਰਾਊਂਡ ਹੋ ਗਈ। ਕਿਉਂਕਿ ਸਾਰੇ ਪਲੇਅਰ ਵੀ ਕਹਿੰਦੇ ਵੀ ਗਰਾਊਂਡ ਦੇਖ ਕੇ ਮਨ ਖੁਸ਼ ਹੁੰਦਾ ਪਿਆ, ਖੇਡਣ ਨੂੰ ਦਿਲ ਕਰਦਾ। ਭਾਵੇਂ ਤੁਸੀਂ ਨਾ 21 ਰੁਪਏ ਨਾਮ ਰੱਖ ਦਿਓ ਹਰੇਕ ਪਲੇਅਰ ਕੱਢਣ। ਹਾਂ ਬਿਲਕੁਲ। ਹਾਂ, ਜਦੋਂ ਤੁਸੀਂ ਵੱਟੇ ਰੋੜੇ ਆਪਣੇ ਟੋਏ ਹੋਣੇ ਨਾ ਗਰਾਊਂਡ ਦੇ ਵਿੱਚ, ਕਈ ਵਾਰ ਵੇਖਿਆ ਬਾਈ ਪਿੱਛੇ ਪਸ਼ੂ ਫਿਰੀ ਜਾਂਦੇ ਆ ਨਾ, ਉੱਥੇ ਪਲੇਅਰ ਦੇ ਸੱਟ ਲੱਗਣ ਦਾ ਵੀ ਚਾਂਸ ਆ ਜਾਂਦਾ। ਹੁਣ ਇੱਥੇ ਹੈ ਬਈ ਗਰਾਊਂਡ ਗਰਾਊਂਡ ਆ, ਬਾਕੀ ਗਰਾਊਂਡ। ਹਾਂ, ਤੇ ਦਰਸ਼ਕਾਂ ਦਾ ਇਕੱਠ ਵੀ ਹੌਲੀ ਹੌਲੀ ਵੱਧਦਾ ਜਾ ਰਿਹਾ, ਹੌਲੀ ਹੌਲੀ ਵੱਧਦਾ ਜਾਣਾ ਜੀ। ਐਨਆਰਈ ਭਰਾ ਵੀ ਵੱਡੇ ਵੱਡੀ ਗਿਣਤੀ, ਹਜੇ ਤਾਂ ਮੇਲਾ ਵੀ ਪਹਿਲਾਂ ਖੇਡਿਆ, ਸੌਰੀ ਮੈਚ ਪਹਿਲਾਂ ਖੇਡਿਆ ਜਾ ਰਿਹਾ ਹਜੇ ਤਾਂ। ਹੌਲੀ ਹੌਲੀ ਰੋਣਾ ਰੰਗ ਬੰਨਣੇ ਆ, ਦੁਪਹਿਰ ਤੋਂ ਬਾਅਦ ਰੰਗ ਬੰਨਣੇ ਸ਼ੁਰੂ ਹੋ ਰਹੇ ਇੱਥੇ ਤਾਂ, ਕਿਉਂਕਿ ਉਸ ਤੋਂ ਬਾਅਦ ਪਤਾ ਗਰਾਊਂਡ ਇੰਨਾ ਪਿਆਰਾ ਜਿਹਾ ਦੇਖ ਕੇ ਮਨ ਪੂਰਾ ਵਧੀਆ ਹੁੰਦਾ। ਕਿੰਨੀ ਕੁ ਵਾਟ ਪੈ ਗਈ ਆਉਂਦਿਆਂ ਨੂੰ? ਮੈਨੂੰ ਤਾਂ ਪੈ ਗਈ ਹੋਣੀ ਆ 120 ਕਿਲੋਮੀਟਰ। ਅੱਛਾ, ਤੇ ਸੋਨੀ ਭਾਈ ਤੁਹਾਨੂੰ? ਮੈਨੂੰ ਲੱਗ ਗਿਆ 2-3 ਘੰਟੇ ਲੱਗ ਗਏ ਜਾਂਦੇ ਨੂੰ। 3 ਘੰਟੇ ਲੱਗ ਗਏ? 3 ਘੰਟੇ ਲਾਉਣ ਨਾਲ ਆਤੇ ਆ ਮੋਟਰਸਾਈਕਲ ਤੇ, ਤੈਨੂੰ ਪਤਾ ਹੀ। ਹਾਂ, ਹੌਲੀ ਛੋਟਾ ਫਿਰ। ਸੋ ਪਰਮਾਤਮਾ ਕਰੂਗਾ ਗੱਡੀ ਜੋਗਾ ਵੀ, ਕੋਈ ਗੱਲ ਨਹੀਂ। ਤੇ ਸੋਨੀ ਬਵਾਨੀ ਜੀ ਸਾਡੇ ਦਰਮਿਆਨ ਪੁੱਜੇ ਹੋਏ ਨਾਲ ਵੀਰ ਗੁੜੇ ਜੀ, ਤੇ ਹੌਲੀ ਹੌਲੀ ਲੰਗਰ ਦਾ ਪ੍ਰਬੰਧ ਵੀ ਘੈਂਟ ਹੁੰਦਾ ਜਾਣਾ ਆ, ਬਣਦਾ ਪਿਆ ਅਜੇ ਲੰਗਰ। ਲੰਗਰ ਦਾ ਭਰਾ ਅਰਮਾਨ ਨੂੰ ਹੀ ਆਉਂਦਾ। ਸੋ ਭਰਾ ਸਾਡੇ ਦਰਮਿਆਨ ਪੁੱਜੇ ਆ। ਹੋਰ ਜੀ, ਅੱਜ ਦੇ ਖੇਡ ਮੇਲੇ ਦੇ ਉੱਪਰ ਗੁਰੂ ਕੇ ਲੰਗਰ ਦੇ ਪ੍ਰਬੰਧ, ਕੜੀ ਰੁਮਾਲੀ ਫੁਲਕਾ ਦਾਲ ਤੇ ਨਾਲ ਚੌਲ, ਇੱਧਰ ਭਰਾ ਸਾਡੇ ਲੰਗਰ ਛਕ ਰਹੇ। ਹੋਰ ਭਾਅ ਜੀ ਕਿਵੇਂ ਹੋ? ਕਿਹੜਾ ਪਿੰਡ ਆਪਣਾ? ਅੱਛਾ, ਤੇ ਕਲੱਬ ਵਾਲੇ ਜਿੱਤ ਗਏ, ਕਿੰਨੀ ਕੁ ਖੁਸ਼ੀ ਹੋ ਰਹੀ ਆ? ਅੱਜ ਹੈਗੇ ਆ ਵੀ 51,000 ਦੇ ਹੱਕਦਾਰ ਬਣੂਗੇ? ਤੇ ਪ੍ਰਬੰਧ ਚ ਕਿਹੋ ਜਿਹੇ ਨੇ ਸੰਦੋਗੜ ਵਾਲੇ ਮੁੰਡਿਆਂ ਦੇ? ਹਾਂ, ਗੁਰੂ ਕੇ ਲੰਗਰ ਵੀ ਵਧੀਆ ਨਾ, ਰੁਮਾਲੀ ਫੁਲਕਾ, ਕਿਉਂਕਿ ਜ਼ਿਆਦਾਤਰ ਇੱਧਰ ਦੇਖਿਆ ਜਾਵੇ ਤੇ ਦਾਲ ਚੌਲ ਜ਼ਿਆਦਾ ਚੱਲਦੇ ਆ। ਹਾਂ, ਇਧਰਲੇ ਪਾਸੇ ਲੰਗਰ ਕੇ ਪ੍ਰਬੰਧ ਹੀ ਦੇਖ ਸਕਦੇ, ਤੇ ਭਰਾ ਆਪਣੇ ਲੰਗਰ ਛਕ ਰਹੇ ਨੇ। ਲਓ ਜੀ, ਇਧਰਲੇ ਪਾਸੇ ਸ਼੍ਰੀ ਰਾੜਾ ਸਾਹਿਬ ਸਪੋਰਟਸ ਕਲੱਬ ਦੇ ਮੇਨ ਖਿਡਾਰੀ ਸੈਮ ਮੈਡਲ ਲੁਧਿਆਣਾ ਜੀ, ਭਾਅ ਜੀ ਕੀ ਹਾਲ ਚਾਲ ਆ? ਹੋਰ ਕਾਇਮ ਹੋ? ਕਿੰਨੇ ਦਿਨ ਹੋ ਗਏ ਪੰਜਾਬ ਆਇਆ ਨੂੰ? ਸੀਜ਼ਨ ਕਿੱਦਾਂ ਲੱਗਿਆ ਕਲਕੱਤੇ ਦਾ? ਦਿਹਾੜੀ ਪੈ ਗਈ? ਸੋ ਅੱਜ ਪਹੁੰਚੇ ਹਿਮਾਚਲ ਦੀ ਧਰਤੀ ਤੇ ਆਲ ਓਪਨ ਦਾ ਮੇਲਾ ਖੇਡਣ ਦੇ ਲਈ। ਤਨ ਤਨ ਰਾਜਾ ਸਾਹਿਬ ਕ੍ਰਿਕਟ ਕਲੱਬ ਆਸਟ੍ਰੇਲੀਆ, ਕਿਹੜੇ ਭਰਾਵਾਂ ਦੇ ਵੱਲੋਂ ਜਿਹੜੀ ਤਿਆਰ ਕੀਤੀ ਗਈ ਕਲੱਬ? ਸੁਖ ਲੰਬੜ ਆਸਟ੍ਰੇਲੀਆ ਭਰਾ ਸਾਡਾ। ਸੋ ਉਸ ਭਰਾ ਦੇ ਵੱਲੋਂ ਜਿਹੜੀ ਕਲੱਬ ਤਿਆਰ ਕੀਤੀ ਗਈ, ਕਿਹੜੇ ਕਿਹੜੇ ਖਿਡਾਰੀ ਖੇਡਦੇ ਨਜ਼ਰ ਆਉਣਗੇ ਅੱਜ? ਮਤਲਬ ਕਹਿ ਰਹੀ ਵੀ ਪ੍ਰੋਪਰ ਸੈੱਟ ਪੁੱਜਿਆ ਹੋਇਆ ਅੱਜ? ਅੱਜ ਆਸ ਹੈਗੀ ਆ ਵੀ ਅੱਜ ਪਹੁੰਚੋ ਫਾਈਨਲ ਦੇ ਵਿੱਚ, ਕਿਉਂਕਿ ਥੋੜਾ ਸਮਾਂ ਹੋਇਆ ਹਜੇ ਕਲੱਬ ਬਣਿਆ ਨੂੰ, ਦੋ ਤਿੰਨ ਮੇਲੇ ਜਿੱਤ ਵੀ ਲਏ ਆ। ਸੋ ਪਰਮਾਤਮਾ ਦੀ ਮਿਹਰ ਆ, ਸਾਰੇ ਮੁੰਡੇ ਨਵੇਂ ਨੇ ਜੀ। ਹਾਂ, ਸੋ ਸਪੋਰਟ ਵੀ ਆ ਨਵੇਂ ਪਲੇਅਰਾਂ ਦੀ, ਕਿਉਂਕਿ ਪਹਿਲਾਂ ਕਲੱਬ ਦੇ ਵਿੱਚ ਉਹੀ ਪਲੇਅਰ ਖੇਡੀ ਜਾਂਦੇ ਸੀਗੇ, ਹੁਣ ਨਵੇਂ ਮੁੰਡੇ ਆ। ਹਾਂ, ਹਾਂ, ਸੋ ਸਾਈਮਡ ਲੁਧਿਆਣਾ ਜੀ ਸਾਡੇ ਦਰਮਿਆਨ ਪੁੱਜੇ ਹੋਏ ਅੱਜ ਹਿਮਾਚਲ ਦੀ ਧਰਤੀ ਦੇ ਉੱਪਰ ਸੰਤੋਖਗੜ੍ਹ ਦੇ ਮੇਲੇ ਦੇ ਉੱਪਰ ਧਰਮਪੁਰ ਵਾਲੇ ਭਰਾਵਾਂ ਦੇ ਵੱਲੋਂ ਮੇਲਾ ਕਰਵਾਇਆ ਜਾ ਰਿਹਾ। ਇਧਰਲੇ ਪਾਸੇ ਕੈਪਟਨ ਸਾਹਿਬ ਇੰਦਰਜੀਤ ਭਾਅ ਜੀ ਨੂਰਮਲ, ਭਾਅ ਜੀ ਕੀ ਹਾਲ ਚਾਲ ਆ? ਸਫ਼ਰ ਬਹੁਤ ਲੰਬਾ ਸੀ। ਹਾਂ, ਕੀ ਰਣਨੀਤੀ ਬਣਾਉਂਗੇ? ਮੈਚ ਵਧੀਆ, ਮੈਚ ਤਗੜਾ ਅਗਲਾ। ਹਾਂ, ਬੋਲਰਾਂ ਦੇ ਲਈ ਫਾਇਦਾ ਮੰਨ ਰਹੇ ਹੋ ਅੱਜ? 360 ਡਿਗਰੀ ਗਰਾਊਂਡ ਆ, ਵਿਕਟ ਕੱਚਾ, ਗਰਾਊਂਡ ਹੈ ਵੀ ਕਾਫੀ ਵੱਡਾ। ਹਾਂ, ਸੋ ਬਾਕੀ ਦੇਖੋ ਕੀ ਬਣਦਾ ਅਗਲੇ ਮੈਚ ਦੇ। ਮੈਚ ਹੈ ਕਿਹਦੇ ਨਾਲ? ਹਿਮਾਚਲ ਵਾਲੇ ਕਲੱਬ ਦੇ ਨਾਲ ਹੋਣਾ, ਤੇ ਹਿਮਾਚਲ ਤੇ ਹਿਮਾਚਲ ਦੇ ਵਿੱਚ ਖੇਡ ਕੇ ਕਿੰਨੀ ਕੁ ਖੁਸ਼ੀ ਹੁੰਦੀ ਆ? ਬਹੁਤ ਵਧੀਆ ਲੱਗਦਾ ਭਾਜੀ, ਵਧੀਆ ਟੂਰਨਾਮੈਂਟ ਹੁੰਦਾ ਇੱਥੇ, ਟਾਈਆਂ ਟੂਈਆਂ ਦਾ ਕੋਈ ਚੱਕਰ ਨਹੀਂ ਆਉਂਦਾ। ਹਾਂ, ਕਈ ਦਾ ਟਾਈਆਂ ਫੇਰਾ ਫੇਰੀ ਕਰਦਾ। ਹਾਂ, ਇਹ ਸਿਰਫ ਇੱਕ ਦਿਨ ਦਾ ਮੇਲਾ,
ਖੇਡ ਕੇ ਜ਼ਿਆਦਾ ਵਧੀਆ ਲੱਗਦਾ ਜਾਂ ਤਿੰਨ ਚਾਰ ਦਿਨ ਮੇਲਾ ਚੱਲੇ ਉਹ ਵਧੀਆ ਲੱਗਦਾ? ਬਾਹਰ ਲੋਕਾਂ ਦਾ ਬਾਈ ਇੱਕ ਦਿਨ ਦਾ ਹੀ ਵਧੀਆ ਲੱਗਦਾ, ਜਦੋਂ ਹੁਣ ਦੋ ਬਾਹਰੋਂ ਇੱਕ ਬਾਹਰੋਂ ਉਹ ਫਿਰ ਤਿੰਨ ਚਾਰ। ਜ਼ਿਆਦਾ ਸਵਾਦ ਕਿਹੜਾ ਮੇਲਾ ਖੇਡਣ ਦਾ ਹੁੰਦਾ? ਸੋਇੰਦਰ ਜੀ ਤੇ ਨੂਰਮਹਿਲ ਜੀ ਅੱਜ ਸਾਡੇ ਦਰਮਿਆਨ ਪੁੱਜੇ ਹੋਏ ਆ। ਲਓ ਜੀ ਸਾਡੇ ਦਰਮਿਆਨ ਦੁਨੀਆਂ ਦੇ ਮਹਾਨ ਖਿਡਾਰੀ ਮਿਰਜ਼ਾ ਪਿੱਪਲਾਂ ਬੰਟੀ ਇਸਲਾਮਾਬਾਦ ਭਾਰੀ ਅੱਜ ਜਿੰਕ ਜ਼ਿਆਦਾ ਲਾਈ ਹੋਈ ਆ, ਰੰਗ ਜ਼ਿਆਦਾ ਕਾਲਾ ਹੋ ਗਿਆ। ਸੋ ਮੈਚ ਕਿਹਦੇ ਨਾਲ ਆਪਣਾ? ਮੈਚ ਆਪਣਾ ਜਿਹੜੀ ਜੇਤੂ ਆ ਚੱਲ ਰਿਹਾ ਨਕੋਦਰ ਦਾ ਮੈਚ ਚੱਲ ਰਿਹਾ ਤੇ ਲੋਕਲ ਕਲੱਬ ਵਾਲਾ ਲੜੀ ਦਾ। ਅੱਛਾ, ਕੀ ਲੱਗਦਾ ਅੱਜ 51,000 ਦੇ ਹੱਕਦਾਰ ਹੁਣ ਬਣੂਗੇ? ਜਿੱਤਣ ਤਾਂ ਆਏ ਬਾਈ, ਜਿੱਤਾ ਤੋਂ ਅੱਗੇ ਬਹੁਤ ਟੂਰਨਾਮੈਂਟ ਜੀ ਬਾਕੀ ਜ਼ੋਰ ਲਾਵਾਂਗੇ। ਜੇ ਬੰਟੀ ਭਾਅ ਲੰਗਰ ਦੀ ਗੱਲ ਕੀਤੀ ਜਾਵੇ ਪ੍ਰਬੰਧ ਕਿਹੋ ਜਿਹਾ? ਹਰੇਕ ਸਾਲ ਵਧੀਆ ਟੂਰਨਾਮੈਂਟ। ਹਾਂ, ਗਰਾਊਂਡ ਦੀ ਤਾਂ ਬਈ ਮਾਸਟਰ ਲਵਜ਼ ਹੀ ਹੈ ਨਹੀਂ। ਤੇ ਸ਼ੇਰੂ ਭਾਈ ਦੇ ਪ੍ਰਦਰਸ਼ਨ ਬਾਰੇ ਕੀ ਕਹਿਣਾ ਚਾਹੁੰਦੇ ਆ? ਸੋ ਉਧਰਲੇ ਪਾਸੇ ਸ਼ੇਰੂ, ਹਾਂ, ਤੇ ਭੁੱਪਾ ਖੁਰਦ, ਇਧਰਲੇ ਪਾਸੇ ਸੁੱਖਾ ਮਹਿਮਾਨ ਸੁੱਖੇ ਦਾ, ਇੱਥੋਂ ਪਤਾ ਲੱਗ ਜਾਂਦਾ ਨਾ ਆਹ ਚੀਜ਼ ਤੋਂ, ਗਿੱਚੀ ਤੋਂ ਪਤਾ, ਹਾਂ ਗਿੱਚੀ ਤੋਂ ਪਤਾ ਲੱਗ ਜਾਂਦਾ ਵੀ ਸੁੱਖਾ ਪੁੱਜ। ਦਲਵੀਰ ਮਤਾਈ, ਹੋਰ ਭਾਅ ਜੀ ਕਿੱਦਾਂ? ਵਧੀਆ ਵਧੀਆ। ਕੈਮ? ਬਹੁਤ ਵਧੀਆ। ਤੇ ਹੁਣ ਗਰਾਊਂਡ ਤੋਂ ਜ਼ਿੰਮੇਵਾਰੀ ਥੋੜ੍ਹੀ ਜਿਹੀ ਹਟ ਗਈ ਆ, ਬਾਹਰ ਬੈਠੇ ਹੋਏ ਆ ਮੈਚ ਦੂਜਾ ਸੈਮੀ। ਅੱਜ ਪਲੇਅਰ ਕਿਹੜੇ 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 ਖੇਡ ਰਹੇ ਆ? ਜਿਹਨੇ ਪਹਿਲਾਂ ਕਿਹਾ ਹੋਇਆ। ਸੋ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੁਸ਼ਿਆਰਪੁਰੀ ਅੱਜ ਦੇ ਮੇਲੇ ਦੇ ਉੱਪਰ ਪੁੱਜੇ ਹੋਏ ਆ ਜੀ। ਲਓ ਜੀ ਇਧਰਲੇ ਪਾਸੇ ਜੀਵਨ ਭਗਤ ਆ, ਭਾਅ ਜੀ ਕੀ ਹਾਲ ਚਾਲ ਆ? ਠੀਕ ਆ ਬਾਈ, ਠੀਕ ਆ। ਕਿੱਦਾਂ ਨਜ਼ਾਰਾ ਆ? ਨਜ਼ਾਰਾ ਆਇਆ ਬਾਈ। ਹਾਂ, ਨਜ਼ਾਰਾ ਤਾਂ ਆਉਣਾ ਹੀ ਆ, ਬਾਹਰ ਬੈਠਾ ਅੱਜ ਕੀ ਚੱਕਰ? ਨਹੀਂ, ਮੈਂ 10 ਮਿੰਟ ਕਰ ਲਈ। ਅੱਧਾ ਪੌਣਾ ਘੰਟਾ ਹੋ ਗਿਆ ਤੈਨੂੰ ਬਾਹਰ ਬੈਠੇ ਨੂੰ? ਮੈਂ 10 ਮਿੰਟ ਕਹਿੰਦੇ ਆ। ਹਾਂ ਨਹੀਂ, ਮੈਨੂੰ ਅੱਧਾ ਘੰਟਾ ਹੋ ਗਿਆ, ਮੈਂ ਅੱਧੇ ਘੰਟੇ ਤੋਂ ਦੇਖ ਰਿਹਾ ਵੀ ਪਹਿਲਾਂ ਉੱਥੇ ਬੈਠੇ ਹੁਣ ਇੱਥੇ ਆ ਗਏ। ਉੱਥੋਂ ਬਾਅਦ ਪਾਣੀ ਪਿਲਾ ਕੇ ਫੇਰ ਇੱਧਰ ਆਇਆ। ਤੁਸੀਂ ਅੰਦਰ ਬਾਹਰ ਚਲ ਗਏ। ਕੀ ਜੀਵਨ ਕੀ ਚੱਕਰ ਆ, ਥੱਕ ਜਾਂਦਾ ਥੋੜਾ? ਸੋ ਇਧਰਲੇ ਪਾਸੇ ਦੁਨੀਆਂ ਦਾ ਮਹਾਨ ਖਿਡਾਰੀ ਅਸ਼ੀ ਲਾਚਵਾਲ, ਭਾਜੀ ਕੀ ਹਾਲ ਚਾਲ? ਨਹੀਂ ਨਹੀਂ, ਮਾੜਾ ਚੰਗਾ ਦਿਨ ਆਉਂਦਾ ਰਹਿੰਦਾ ਆ, ਕੋਈ ਚੱਕਰ ਨਹੀਂ। ਲੈ ਵੀ ਅੱਛੀ ਬਾਕੀ, ਹਾਂ ਲੈ ਵੀ ਅੱਛੀ ਬਾਕੀ, ਕੀ ਕਹਿਣਾ ਚਾਹੂੰਗਾ ਜੀਵਨ ਬਾਰੇ? ਹਾਂ, ਤੇ ਪਾਣੀ ਨੀ ਪਿਲਾ ਰਿਹਾ, ਅੱਧਾ ਘੰਟਾ ਹੋ ਗਿਆ ਬਾਹਰ ਬੈਠੇ ਨੂੰ। ਕੀ ਕਹਿਣਾ ਚਾਹੁੰਗਾ ਡੱਡੂ ਬਾ? ਦੋਨੇ ਇੱਕੋ ਜੇ, ਦੋਨੇ ਇੱਕੋ ਜੇ, ਦੋਨੇ ਇੱਕੋ ਜੇ। ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਭਗਤੇ ਭਾਈ ਕੇ ਵਾਲਾ ਜੀਵਨ ਅੱਜ ਪੁੱਜਿਆ। ਲੈ ਵੀ ਭਗਤੇ ਵਾਲਾ ਆਇਆ ਕਿੱਦਾਂ? ਤੁਰ ਕੇ ਆਇਆ? ਹਾਂ, ਪਹਾੜੀ ਚੜ੍ਹਨੀ ਔਖੀ ਹੋ ਗਈ ਨਜ਼ਾਰਾ ਆ ਗਿਆ, ਤੁਰਨਾ ਔਖਾ ਹੋ ਜਾਂਦਾ ਨਾ।
ਸੋ ਭਗਤ ਵਾਲਾ ਜੀਵਨ ਭਰਾ ਸਾਡਾ ਪੁੱਜਿਆ ਹੋਇਆ ਇਹਦੇ ਮੇਲੇ ਦੇ ਉੱਪਰ। ਲੈ ਵੀ ਭਗਤ ਵਾਲਾ ਕੀ ਕਹਿਣਾ ਚਾਹੁੰਦਾ ਲੋਕਾਂ ਨੂੰ? ਹਾਂ ਬੁੱਗੀ ਦੇ ਦੇ ਇੱਕ ਸੋ ਜੀਵਨ ਭਗਤਾ ਧਿਆਨ ਰੱਖੋ ਹੈ ਨਾ। ਹਾਂ ਸੋ ਭਗਤੇ ਭਾਈ ਵਾਲਾ ਜੀਵਨ ਭਰਾ ਸਾਡਾ ਪੁੱਜਿਆ ਹੋਇਆ ਇਹਦੇ ਮੇਲੇ ਦੇ ਉੱਪਰ। ਮੇਲਾ ਵਧੀਆ ਆ, ਮੇਲਾ ਬਹੁਤ ਵਧੀਆ ਬਾਈ, ਘੈਂਟ ਆ। ਹਾਂ ਦਾਲ ਚੌਲ ਨਾਲ ਫੁਲਕਾ ਦੇ ਨਾਲ ਕੜੀ, ਹਾਂ ਨਜ਼ਾਰਾ ਬੱਜਿਆ ਪਿਆ। ਹਾਂ ਭਗਤ ਵਾਲਾ ਜੀਵਨ। ਲਓ ਜੀ ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਅੱਜ ਦੇ ਮੇਲੇ ਦੇ ਉੱਪਰ ਜਿਹੜੇ ਕੱਪ ਤਿਆਰ ਕੀਤੇ ਗਏ ਆ, ਦਾ ਟਰੋਫੀ ਹਾਊਸ ਉਨੇ ਵਾਲੇ ਭਰਾਵਾਂ ਦੇ ਵੱਲੋਂ ਜਿਹੜੇ ਕੱਪ ਤਿਆਰ ਕੀਤੇ ਗਏ ਆ। ਭਾਜੀ ਕੀ ਹਾਲ ਚਾਲ ਆ, ਮੇਲਾ ਕਿਹੋ ਜਿਹਾ ਜਾ ਰਿਹਾ? ਆਪਣਾ ਘਰ ਦਾ ਮੇਲਾ ਖੇਡਿਆ ਜਾ ਰਿਹਾ ਨਾ, ਅਤੇ ਪਲੇਅਰਾਂ ਦੇ ਪੱਖੋਂ ਜੇ ਪਲੇਅਰਾਂ ਦੀ ਗੱਲ ਕੀਤੀ ਜਾਵੇ ਕੋਈ ਪਲੇਅਰ ਰਹਿ ਤਾਂ ਨਹੀਂ ਗਾ ਜਿਹੜਾ ਨਹੀਂ ਖੇਡਿਆ? ਅਤੇ ਜੇ ਪਹਿਲਾਂ ਸੈਮੀ ਕਿਹੋ ਜਿਹਾ ਗਿਆ? ਦੀਪੂ ਭਾਜੀ ਨੈਣਵਾ ਭਾਜੀ ਕੀ ਹਾਲ ਚਾਲ ਆ? ਪ੍ਰੈਸ਼ਰ ਬਹੁਤ ਜ਼ਿਆਦਾ ਮੇਲੇ ਦਾ, ਸਾਨੂੰ ਬਹੁਤ ਵਧੀਆ ਲੱਗਾ। ਤੇ ਬਾਕੀ ਦਰਸ਼ਕਾਂ ਨੂੰ ਪੁੱਛਾਂਗੇ ਆਪਾਂ ਕਿਹੋ ਜਿਹਾ ਲੱਗਿਆ, ਕਿਉਂਕਿ ਜ਼ਿਆਦਾਤਰ ਦਰਸ਼ਕਾਂ ਨੇ ਦੱਸਣਾ ਨਾ ਗਰਾਊਂਡ ਇੱਦਾਂ ਦੀ ਗਰਾਊਂਡ ਨਹੀਂ ਦੇਖੀ ਭਾਜੀ। ਹਾਂ ਵਾਕਈ, ਕਿਉਂਕਿ ਜੇ ਗਰਾਊਂਡ ਵਧੀਆ ਹੋਵੇ ਪਲੇਅਰ ਵੀ ਖੁਸ਼ ਹੋ ਕੇ ਖੇਡਦੇ ਆ। ਸੋ ਦੀਪੂ ਨੈਣਵਾ ਜੀ ਸਾਡੇ ਦਰਮਿਆਨ ਪੁੱਜੇ ਹੋਏ ਆ। ਲਓ ਜੀ ਇੱਧਰਲੇ ਪਾਸੇ ਦੁਨੀਆ ਦਾ ਮਹਾਨ ਖਿਡਾਰੀ ਰਜਤ ਗੁਰਵਾਣਾ ਭਾਜੀ ਕੀ ਹਾਲ ਚਾਲ ਆ? ਫਾਈਨਲ ਵਿੱਚ ਪਹੁੰਚ ਗਿਆ, ਕਿੰਨੀ ਖੁਸ਼ੀ ਹੋ ਰਹੀ ਆ? ਫਾਈਨਲ ਮੈਨੂੰ ਪਤਾ ਕਿੰਨੀ ਖੁਸ਼ੀ ਹੁੰਦੀ ਆ, ਬਾਕੀ ਮੇਲਾ ਸਫਲ ਹੋ ਗਿਆ, ਖਰਚਾ ਨਿਕਲ ਗਿਆ, ਖਰਚਾ ਨਿਕਲ ਗਿਆ, ਜੁੜੇ ਰਹੋ ਜੀ ਬਲੌਗ ਦੇ ਨਾਲ, ਬਲੌਗ ਨੂੰ ਵੱਧ ਤੋਂ ਵੱਧ ਪਿਆਰ ਕਰਦੇ ਰਹੋ, ਸ਼ੇਅਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।